ਕਾ ਦੋਸਤੋ ਕੀ ਹਾਲ ਚਾਲ ਆਫ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੋ ਗਈ ਹੈ ਦੋਸਤੋ 8 ਦਸੰਬਰ 2022 ਆਇਰਾ ਲੈ ਕੇ ਆစီਬਿਆ ਤੁਹਾਡੇ ਸਾਤੇ ਚੱਲਣੇ ਹਰੋ ਪੰਜਾਬੀ ਦੇ ਵਿੱਚ ਤੇ ਖਬਰਾਂ ਦੇ ਵਿੱਚ ਜਾਣਕਾਰੀ ਦੇਵਾਂਗੇ ਇਮੀਗ੍ਰੇਸ਼ਨ ਦੀ ਇਥੋਂ ਦੀ ਇਟਲੀ ਦੀ ਗੁੱਡ ਨਿਊਜ਼ ਦੇਵਾਂਗੇ ਤੇ ਅੱਜ ਦੱਸ ਦਿੰਦੇ ਆਂ ਭਈ ਅੱਜ ਜਿਹੜੀ ਸਰਕਾਰੀ ਛੁੱਟੀ ਹੈ ਇਟਲੀ ਦੇ ਵਿੱਚ ਸਰਕਾਰੀ ਛੁੱਟੀ ਹੈ ਅੱਜ ਜਿਹੜਾ ਆਪਣਾ ਆਪ ਕਹਿ ਸਕਦੇ ਆਂ ਭਈ 크੍ਰਿਸਚੀਅਨਾਂ ਦਾ ਇਨਾ ਇਟਾਲੀਅਨ ਲੋਕਾਂ ਜਿਹੜਾ ਜੀਸ ਗੁਰੂ ਆ ਉਹਨਾਂ ਦੀ ਮਾਤਾ ਨੂੰ ਸਮਰਪਿਤ ਡੇ ਅੱਜ ਦੇਣਾ ਅੱਜ ਫੇਸ ਤਾਂ ਕਹਿ ਸਕਦੇ ਆ ਜੀ ਨੂੰ ਡੀ ਦੇ ਵਿੱਚ ਤੇ ਖਬਰਾਂ ਤੇ ਜਾਂ ਤੋਂ ਪਹਿਲਾਂ ਦੋਸਤੋ ਜਿਹੜੇ ਮੇਰੇ ਵੀਰਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਬੈਲ ਆਈਕਨ ਨੂੰ ਆਲ ਤੇ ਕਰ ਲੋ ਕਲਿੱਕ ਤਾਂ ਕਿ ਜਿਹੜੀ ਜੱਲੀ ਦੀ ਆਉਣ ਲਈ ਅਪਡੇਟ ਆ ਤੁਹਾਡੇ ਤੱਕ ਉਹ ਪਹਿਲਾਂ ਪਹੁੰਚ ਜਾਵੇ ਸੋ ਦੋਸਤੋ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਦੀ ਗੱਲ ਕਰਾਂਗੇ ਇਮੀਗ੍ਰੇਸ਼ਨ ਤੇ ਵੀ ਕੀ ਸਰਕਾਰ ਕੀ ਕਰ ਰਹੀ ਹੈ ਨਵੀਂ ਇਮੀਗ੍ਰੇਸ਼ਨ ਕੋਨ ਆਲੀ ਹੈ ਉਸ ਤੋਂ ਪਹਿਲਾਂ ਚੱਲਦੇ ਆਂ ਪਹਿਲੀ ਖਬਰ ਆ ਰਹੀ ਹੈ ਜਿਹੜਾ ਯੂਰਪੀ ਯੂਨੀਅਨ ਕਮਿਸ਼ਨ ਨੇ ਇੱਕ ਨਵਾਂ ਕਾਨੂੰਨ ਜਿਹੜਾ ਜਾਰੀ ਕਰਤਾ ਲਾਗੂ ਕਰਤਾ ਨਵੇਂ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਆ ਵੀ ਜੇ ਵੀ ਕੋਈ ਸਮਲਿੰਗੀ ਵਿਆਹ ਕਰਾਉਂਦਾ ਮੰਨ ਲਓ ਬੰਦਾ ਬੰਦੇ ਨਾਲ ਵਿਆਹ ਕਰਾਉਂਦਾ ਜਨਾਨੀ ਜਨਾਨੀ ਨਾਲ ਵਿਆਹ ਕਰਾਉਂਦੀ ਆ ਉਹਨੂੰ ਸਰਕਾਰ ਵੱਲੋਂ ਯੂਰਪੀ ਯੂਨੀਅਨ ਵੱਲੋਂ ਮਤਲਬ ਜਿਹੜੀ ਮਨਜ਼ੂਰੀ ਮਿਲ ਚੁੱਕੀ ਆ ਮੰਨ ਲਾ ਜੇ ਕੋਈ ਇਹ ਦੋ ਬੰਦੇ ਆਪਸ ਵਿੱਚ ਵਿਆਹ ਕਰਾ ਕੇ ਜਾਂ ਦੋ ਜਨਾਨੀਆਂ ਆਪਸ ਵਿੱਚ ਵਿਆਹ ਕਰਾ ਕੇ ਕੋਈ ਬੱਚਾ ਗੋਦ ਲੈਂਦੇ ਆ ਤੇ ਉਹਨਾਂ ਨੂੰ ਸਰਕਾਰ ਵੱਲੋਂ ਹਮ ਮਜ਼ਦੂਰੀ ਮਿਲ ਚੁੱਕੀ ਆ ਬਈ ਉਹ ਆਪਣਾ ਇੱਕ ਪਰਿਵਾਰ ਦੀ ਤਰ੍ਹਾਂ ਜਿਹੜਾ ਰਹਿ ਸਕਦੇ ਆ ਇਹ ਯੂਰਪ ਯੂਨੀਅਨ ਕਮਿਸ਼ਨ ਵੱਲੋਂ ਜਿਹੜਾ ਕਾਨੂੰਨ ਪਾਸ ਕਰ ਦਿੱਤਾ ਗਿਆ ਅੱਗੇ ਖਬਰ ਦੋਸਤੋ ਆ ਰਹੀ ਆ ਫੌਜੇ ਤੋਂ ਫੌਜੇ ਤੋਂ ਖਬਰ ਆ ਰਹੀ ਹੈ ਫੌਜੀਆਂ ਦੇ ਵਿੱਚ ਬੀਤੇ ਕੱਲ ਦੀ ਰਾਤ ਇੱਕ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਸੈਰੀ ਗਨੋਲਾ ਪਿੰਡ ਦੇ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਕਿ ਕਾਰ ਦਰਖਤ ਨਾਲ ਵੱਜੀ ਹੈ ਦੀ ਦੇ ਵਿੱਚ ਦੋ ਨੌਜਵਾਨ ਜਿਨ੍ਹਾਂ ਦੀ ਉਮਰ 18 ਸਾਲ ਅਸੀ ਜਾਂਦੀ ਹੈ ਉਹਨਾਂ ਦੀ ਮੌਤ ਹੋ ਗਈ ਹੈ ਫੌਨ ਦਾ ਸਪੋਰਟ ਤੇ ਅੱਜ ਉਹਨਾਂ ਦੇ ਕਲਾਸਰੂਮ ਦੇ ਵਿੱਚ ਮਤਲਬ ਜਿੱਥੇ ਉਹ ਪੜ੍ਹਦੇ ਸੀਗੇ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਜਿੱਥੇ ਉਹ ਬਹਿੰਦੇ ਸੀ ਜਿਹੜੇ ਬੈਂਚਾਂ ਤੇ ਬਹਿੰਦੇ ਸੀ ਤੁਸੀਂ ਫੋਟੋ ਹੀ ਵੇਖ ਰਹੇ ਆ ਉਹਨਾਂ ਤੇ ਚਿੱਟੇ ਗੁਲਾਬ ਰੱਖ ਕੇ ਗਲਾਬ ਦੇ ਫੁੱਲ ਰੱਖ ਕੇ ਉਹਨੂੰ ਸਰਦਾਰ ਜੀ ਦਿੱਤੀ ਗਈ ਹੈ ਯਾਦ ਕੀਤਾ ਗਿਆ ਉਹਨਾਂ ਨੂੰ ਬਈ ਬੀਤੇ ਕੱਲ੍ਹ ਹੀ ਇੱਥੇ ਹਾਜ਼ਰ ਸੀਗੇ ਅੱਗੇ ਦੋਸਤੋ ਗੱਲ ਕਰਦੇ ਮੌਸਮ ਦੀ ਮੌਸਮ ਦੀ ਗੱਲ ਕਰਗੇ ਤਾਂ ਅੱਜ ਜਿਹੜਾ ਲਿਗੂਰੀਅਨ ਸਾਗਰ ਆ ਜਿਹੜਾ ਲਿਗੂਰੀਅਨ ਸਾਗਰ ਤੋਂ ਆ ਰਹੇ ਚੱਕਰਵਾਤ ਚੱਕਰਵਾਤ ਆਉਂਦੇ ਹੁੰਦੇ ਜਿਹੜੇ ਆਪਾਂ ਕਹਿ ਸਕਦੇ ਆਂ ਬਈ ਤੂਫਾਨ ਆਉਂਦੇ ਹੁੰਦੇ ਆ ਉਹਨਾਂ ਦਾ ਅਸਰ ਅੱਜ ਤੋਂ ਸ਼ੁਰੂ ਹੋ ਰਿਹਾ ਫਿਰ ਅੱਜ ਸ਼ਾਮ ਨੂੰ ਜਿਹੜਾ ਪਿਆਮੋਂਤੇ ਵਿੱਚ ਸਟੇਟ ਪਿਆਮੋਂਤੇ ਉਹਦੇ ਵਿੱਚ ਬਰਫਬਾਰੀ ਹੋ ਸਕਦੀ ਹੈ ਤੇ ਐਲਪਸ ਦੀਆਂ ਪਹਾੜਿਆਂ ਦੇ ਉੱਤੇ ਐਲਪਸ ਦੇ ਏਰੀਏ ਦੇ ਵਿੱਚ ਮੀਂਹ ਤੇ ਬਰਫ ਪੈਣ ਦੀ ਸੰਭਾਵਨਾ ਤੇ ਸ਼ੁੱਕਰਵਾਰ ਅਬੀ ਮਤਲਬ ਕੱਲ ਨੂੰ ਕੱਲ੍ਹ ਨੂੰ ਬਾੜ ਦੀ ਹੈ ਤੇ ਜਿਹੜੇ ਨੀਵੇਂ ਇਲਾਕੇ ਆ ਉਹਨਾਂ ਦੇ ਵਿੱਚ ਵੀ ਬਰਫਬਾਰੀ ਸੰਭਾਵਨਾ ਤੇ ਬਾਕੀ ਅੱਜ ਰਾਤ ਨੂੰ ਜਿਹੜਾ ਇਹ ਇਹ ਚੱਕਰਵਾਤ ਆ ਜਿਹੜਾ ਮੌਸਮ ਆ ਇਹ ਉੱਪਰ ਇਟਲੀ ਨੋਰਥ ਤੋਂ ਲੈ ਕੇ ਪੂਰਬ ਵੱਲ ਨੂੰ ਜਾਊਗਾ ਮਤਲਬ ਸੈਂਟਰ ਇਟਲੀ ਤੱਕ ਇਹ بارش ਤੇ ਬਰਫਬਾਰੀ ਹੋ ਸਕਦੀ ਆ ਆਉਣ ਵਾਲੇ ਕੱਲ ਤੱਕ ਅਗੇ ਗੁੱਡ ਨਿਊ ਦਾ ਹੰਨਾ ਗੁੱਡ ਨਿਊ ਯਰ ਤੁਸੋਂ ਸ਼ੇਅਰ ਕਰਦੇ ਆ ਤੁਹਾਡੇ ਆ ਇੱਕ ਵਾਧੂ ਤਨਖਾਹ ਜਿਹਨੂੰ ਕਿ ਆਪਾਂ ਕਹਿ ਦਿੰਦੇ ਆ ਵੀ 13ਵੀਂ ਤਨਖਾਹ 13ਵੀਂ ਤਨਖਾਹ ਦੇ ਗੱਲ ਕਰਦੇ ਆ ਅੱਜ 13ਵੀਂ ਤਨਖਾਹ ਦੇ ਬਾਇਓ ਡਾਟਾ ਦੱਸਦੇ ਆ ਵੀ 13ਵੀਂ ਤਨਖਾਹ ਤੁਸੀਂ ਕਿਵੇਂ ਕਾਊਂਟ ਕਰਦੇ ਆ ਕਿਵੇਂ ਗਿਣਤੀ ਕਰਦੇ ਨੇ 13ਵੀਂ ਤਨਖਾਹ ਦੀ ਔਰ ਤੁਹਾਨੂੰ ਪਤਾ ਵੀ ਐਸ ਮਹੀਨੇ ਦੇ ਵਿੱਚ ਤੁਹਾਨੂੰ 13ਵੀਂ ਤਨਖਾਹ ਮਿਲਣੀ ਆ ਜਿਹੜੇ ਵੀ ਮੇਰੇ ਵੀ ਕੰਮ ਕਰਦੇ ਆ ਠੀਕ ਆ ਕੰਟਰੈਕਟੋ ਤੇ ਕੰਮ ਕਰਦੇ ਆ ਜਾਂ ਪੈਨਸ਼ਨ ਲੈ ਰਹੇ ਆ ਉਹਨਾਂ ਨੂੰ 13ਵੀਂ ਤਨਖਾਹ ਦੇ ਹੱਕਦਾਰ ਹੁੰਦੇ ਆ ਇਹ ਇੱਥੇ ਦੱਸ ਦਿੰਦੇ ਆ ਵੀ 13ਵੀਂ ਤਨਖਾਹ ਇਹ ਜਿਹੜੀ ਆ ਇਹ 14ਵੀਂ ਤਨਖਾਹ ਤੋਂ ਵੱਖ ਹੁੰਦੀ ਆ ਉਹਦੇ ਉਲਟ ਹੁੰਦੀ ਆ ਇੱਕ 14ਵੀਂ ਮਿਲਦੀ ਹੁੰਦੀ ਆ ਉਹ 7ਵੇਂ ਮਹੀਨੇ ਚ ਮਿਲਦੀ ਹੁੰਦੀ ਹੈ ਜੁਲਾਈ ਦੇ ਮਹੀਨੇ ਚ ਇਹ 13ਵੀਂ ਤਨਖਾਹ ਜਿਹੜੀ ਇਹ ਦਸੰਬਰ ਦੇ ਮਹੀਨੇ ਚ ਮਿਲਦੀ ਹੁੰਦੀ ਹੈ ਤੇ ਇਹਦਾ ਦੋਸਤ ਹਿਸਾਬ ਕਿਤਾਬ ਦੱਸਦੇ ਆ ਵੀ ਕੀ ਕੰਮ ਇਹਦਾ ਹਿਸਾਬ ਕਿਤਾਬ ਕਾਊਂਟ ਕਿਵੇਂ ਕਰਨਾ ਹੁੰਦਾ ਇਹਨੂੰ ਆਪਾਂ ਇੱਥੇ ਇਹ ਮਤਲਬ ਇਹ ਜਿਹੜਾ ਡਿਪੈਂਡ ਕਰਦਾ ਮਤਲਬ ਕਿੰਨੇ ਮਹੀਨੇ ਤੁਸੀਂ ਕੰਮ ਕੀਤਾ ਤੇ ਕਿੰਨੀ ਤੁਹਾਡੀ ਮਹੀਨੇ ਦੀ ਤਨਖਾਹ ਬਣੀ ਹੈ ਤੁਹਾਨੂੰ ਮੈਂ ਇੱਥੇ ਇਹ ਦੱਸਦਾ ਵੀ ਹੁਣ ਵੀ ਕੈਲਕੂਲੇਟ ਕਿਵੇਂ ਕਰਨਾ ਇਹਨੂੰ ਮਤਲਬ ਆਪਦੀ ਕੁੱਲ ਤਨਖਾਹ ਮਤਲਬ ਹਰ ਮਹੀਨੇ ਦੀ ਤਨਖਾਹ ਬੂਸਤਾ ਬਗ ਇਹਨਾਂ ਨਿਕਲਦਾ ਤੇ ਮੰਨ ਲਓ ਤੁਹਾਡਾ ਮਨ ਲੈਨੇ ਆਪਾਂ ਵੀ ਤੁਹਾਡਾ 10000 ਐਰੋ ਦਾ 10000 ਐਰੋ ਦਾ ਬੂਸਤਾ ਨਿਕਲਦਾ ਠੀਕ ਆ 10000 ਐਰੋ ਦਾ ਬੂਸਤਾ ਨਿਕਲ ਗਿਆ ਤੇ ਤੁਸੀਂ ਉਹਨੂੰ ਗੁਣਾ ਕਰਦੀਆਂ ਵੀ ਕਿੰਨੇ ਮਹੀਨੇ ਤੁਸੀਂ ਕੰਮ ਕੀਤਾ ਮੰਨ ਲਓ 1000 ਰੋ ਤੇ ਤੁਸੀਂ 10 ਮਹੀਨੇ ਕੰਮ ਕੀਤਾ ਉਹਦਾ ਗੁਣਾ ਕਰ ਲਓ ਉਹਨੂੰ 12 ਮਤਲਬ ਸਾਲ ਦੇ ਨਾਲ ਤਕਸੀਮ ਕਰ ਲਓ ਵੰਡ ਲਓ ਮਤਲਬ 1000 ਰੋ ਕੰਮ 1000 ਰੋ ਤੇ ਕੰਮ ਕੀਤਾ ਤੇ 10 ਮਹੀਨੇ ਕੰਮ ਕੀਤਾ 12 ਨਾਲ ਵੰਡਿਆ ਉਹਨੂੰ ਤੇ ਤੁਹਾਡੀ 813 ਰੋ 33 ਸੈਂਟੀਆਂ ਜਿਹੜੀ 13ਵੀਂ ਰੱਖਿਆ ਉਹ ਬਾਨੀ ਆ ਇੱਥੇ ਇੱਕ ਦੋਸਤੋ ਗੱਲ ਹੋਰ ਉਹ ਦੱਸ ਦਿੰਨਾ ਮੈਂ ਵੀ ਜਿਹੜਾ ਇਹਦਾ ਵੱਖਰਾ ਇੱਕ ਵਖਤ ਅਲੱਗ ਤਰ੍ਹਾਂ ਦਾ ਟੈਕਸ ਪੈਂਦਾ ਹੈ 13ਵੀਂ ਤਨਖਾਹ ਤੇ ਤੇ ਉਹ ਵੀ ਵਿੱਚ ਤੁਹਾਡੇ ਘਟਾਇਆ ਜਾਣਾ ਇਹ ਸਾਰੀ 13ਵੀਂ ਤਨਖਾਹ ਦੇ ਵਿੱਚੋਂ 12 ਮਹੀਨਿਆਂ ਦੇ ਵਿੱਚੋਂ ਤੇ ਬਾਕੀ ਇਹ ਤੇ ਜਿਹੜੇ ਡਿਪੈਂਡ ਕਰਦਾ ਬਹੁਤ ਕੋਸ਼ੇ ਦੇ ਵਿੱਚੋਂ ਨਿਕਲ ਜਾਂਦਾ 13ਵੀਂ ਤਨਖਾਹ ਦੇ ਵਿੱਚੋਂ ਜਿਵੇਂ ਕਿ ਤੁਸੀਂ ਛੁੱਟੀਆਂ ਕਿੰਨੀਆਂ ਕੀਤੀਆਂ ਸਾਰੇ ਸਾਲ ਦੇ ਵਿੱਚ ਹਨ ਮਲਾਤੀ ਇਹ ਤੇ ਕਿੰਨੇ ਗਏ ਆ ਤੇ ਮਤਲਬ ਤੁਸੀਂ ਬਿਮਾਰੀ ਦੀਆਂ ਛੁੱਟੀਆਂ ਕਿੰਨੀਆਂ ਦਿੱਤੀਆਂ ਜਨੇਪਾ ਛੁੱਟੀਆਂ ਕਿੰਨੀਆਂ ਕੀਤੀਆਂ ਜਾਂ ਵਿਆਹ ਦੀ ਛੁੱਟੀ ਲਈ ਆ ਉਹਦਾ ਵੀ ਵਿੱਚੋਂ ਘਟਾਇਆ ਜਾਣਾ ਤੇ ਜਾਂ ਜਿਹੜੀਆਂ ਮੇਰੇ ਭੈਣਾਂ ਜਿਹੜੀਆਂ ਨਵੇਂ ਜੰਮੇ ਬੱਚਿਆਂ ਨੂੰ ਦੁੱਧ ਚੰਗਾਉਂਦੇ ਕੰਮਾਂ ਤੇ ਆਉਣ ਵਾਸਤੇ ਤੇ ਉੱਥੇ ਉਹਦਾ ਬ੍ਰੇਕ ਲੈਂਦੀਆਂ ਕੰਮਾਂ ਤੇ ਉਹਨਾਂ ਦਾ ਵੀ ਉਹ ਵੀ ਗਿਣਿਆ ਜਾਣਾ ਤੇ ਜਾਂ ਓਵਰ ਟਾਈਮ ਜਿਹੜੇ ਬੰਦੇ ਕੰਮ ਕਰਦੇ ਆ ਉਹ ਵੀ ਵਿੱਚ ਸਾਰਾ ਕੁਝ ਅਕਾਊਂਟ ਹੋ ਜਾਂਦਾ ਇਹ 13ਵੀਂ ਤਨਖਾਹ ਦੇ ਵਿੱਚ ਸੋ ਦੋਸਤੋ ਇਹ ਤੁਹਾਨੂੰ ਆਪੋ ਆਪਣਾ ਬਈ ਚੈੱਕ ਕਰ ਸਕਦੇ ਆਂ ਆਨਲਾਈਨ ਮਹੀਨੇ ਦੇ ਵਿੱਚ ਜਿਹੜੀ 13ਵੀਂ ਤਰਖਾ ਬਈ ਕਿਵੇਂ ਕੈਲਕੂਲੇਟ ਕਰਨੀ ਆ ਉਹ ਮੈਂ ਤੁਹਾਨੂੰ ਦੱਸਦਾ ਬਈ ਆਵਦੀ ਤਨਖਾਹ ਨੂੰ ਤੇ ਬਈ ਕਿੰਨੇ ਮਹੀਨੇ ਕੰਮ ਕੀਤਾ ਉਹਦੇ ਨਾਲ ਗੁਣਾ ਕਰਕੇ ਦਾ 12 ਨਾਲ ਵੰਡ ਲਿਓ ਉਨੀ ਤੁਹਾਡੀ ਜਿਹੜੀ 13ਵੀਂ ਤਰਖਾ ਨਿਕਲਣੀ ਆ ਅੱਗੇ ਦੋਸਤੋ ਖਬਰ ਆ ਰਹੀ ਹੈ ਯੂਰਪੀ ਯੂਨੀਅਨ ਤੇ ਫਰਾਂਸ ਵੱਲੋਂ ਇੱਕ ਨਵਾਂ ਕਾਨੂੰਨ ਆ ਜਿਹੜਾ ਪਾਸ ਹੋ ਚੁੱਕਾ ਕਾਨੂੰਨ ਟ੍ਰਾਂਸਪੋਰਟ ਤੇ ਪਾਸ ਹੋ ਚੁੱਕਾ ਬਈ 2 ਦਸੰਬਰ ਨੂੰ ਇਹ ਪਾਮ ਨੂੰ ਮਨਜ਼ੂਰੀ ਮਿਲ ਗਈ ਆ ਜੋ ਯੂਰਪੀ ਯੂਨੀਅਨ ਵੱਲੋਂ ਇਹ ਤੇ ਫਰਾਂਸ ਨੇ ਤਾਂ ਐਕਸ਼ਨ ਲੈ ਲਿਆ ਫਰਾਂਸ ਨੇ ਜਿਹੜੀਆਂ ਜਿਹੜੇ ਮਤਲਬ ਲੋਕਲ ਫਲਾਈਟਾਂ ਚੱਲਦੀਆਂ ਵੀ ਜਿਨ੍ਹਾਂ ਦਾ ਆਪਾਂ ਕਹਿ ਸਕਦੇ ਆਂ ਵੀ ਉਹਨਾਂ ਰੂਟਾਂ ਦੇ ਜਿੱਥੇ ਫਲਾਈਟਾਂ ਚੱਲਦੀਆਂ ਉਹਨਾਂ ਰੂਟਾਂ 'ਤੇ ਟ੍ਰੇਨਾਂ ਵੀ ਚੱਲਦੀਆਂ ਮਤਲਬ ਜਿਵੇਂ ਕਿ ਢਾਈ ਢਾਈ ਘੰਟੇ ਦੇ ਵਿੱਚ ਵਿੱਚ ਜਿਹੜੀਆਂ ਟ੍ਰੇਨਾਂ ਸਫ਼ਰ ਕਰਦੇ ਆਂ ਉਹ ਆਪਾਂ ਕਹਿ ਸਕਦੇ ਆਂ ਉਹਨਾਂ ਰੂਟਾਂ ਦੇ ਜਿਹੜੀਆਂ ਫਲਾਈਟਾਂ ਚੱਲਦੀਆਂ ਸੀ ਉਹ ਹੋਣ ਫਰਾਂਸ ਨੇ ਬੰਦ ਕਰ ਦਿੱਤੀਆਂ ਫਰਾਂਸ ਨੇ ਇਹ ਤਿੰਨ ਰੂਟ ਬੰਦ ਕੀਤੇ ਆ ਪੈਰਸ ਪੈਸ ਤੋਂ ਔਰਲੀ ਔਰਲੀ ਤੋਂ ਬੋਰ ਪੈਰਸ ਤੋਂ ਔਰਲੀ ਬੋਰਦੇ ਤੇ ਨਾਂਸੀ ਤੇ ਲਿਯੋਨ ਇਹ ਤਿੰਨ ਰੂਟ ਤਿੰਨ ਚਾਰ ਰੂਟ ਬੰਦ ਕੀਤੇ ਆ ਫਰਾਂਸ ਨੇ ਕਿਉਂਕਿ ਇਹਦੇ ਉੱਤੇ ਟ੍ਰੇਨ ਵੀ ਚੱਲਦੀ ਸੀਗੀ ਇਸ ਰੂਟ ਦੇ ਉੱਤੇ ਵੀ ਜਿਹੜੇ 2.5 ਘੰਟਿਆਂ ਦੇ ਘੱਟ ਸਮੇਂ ਦੇ ਵਿੱਚ ਇਹਨਾਂ ਤੱਕ ਬੰਦੇ ਪਹੁੰਚਣ ਦੀ ਸੀਗੀ ਤੇ ਹੁਣ ਇਹਨਾਂ ਰੂਟਾਂ ਦੇ ਜਿਹੜੀਆਂ ਹਵਾਈ ਸਫ਼ਰ ਆ ਜਿਹੜੀਆਂ ਲੋਕਲ ਫਲਾਈਟਾਂ ਉਹ ਫਰਾਂਸ ਨੇ ਬੰਦ ਕਰ ਦਿੱਤੀਆਂ ਤੇ ਇਹਦੇ ਨਾਲ ਹੀ ਦੋਸਤੋ ਦੱਸਦੇ ਆਂ ਵੀ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਟਲੀ ਇਟਲੀ ਵੀ ਇਹਨਾਂ ਕਰੂਨਾ ਦੇ ਚੱਲਦਾ ਤੇ ਇਟਲੀ ਦੇ ਵਿੱਚ ਵੀ ਜਿਹੜਾ ਰੋਮ ਫਿਊਮਚੀਨੋ 에য়ারਪੋਰਟ ਤੋਂ ਪੀਸਾ ਫਲੋਰੈਂਸਾ ਬਲੋਨੀਆ ਤੇ ਨਾਪੋਲੀ ਇਹਨਾਂ ਰੂਟਾਂ ਦੇ ਚੱਲਣ ਵਾਲੀਆਂ ਜਿਹੜੀਆਂ ਲੋਕਲ ਫਲਾਈਟਾਂ ਉਹ ਬੰਦ ਹੋ ਸਕਦੀਆਂ ਤੇ ਕਿਉਂਕਿ ਇੱਥੋਂ ਜਿਹੜੀਆਂ ਰੋਮ ਤੋਂ ਜਿਹੜੀਆਂ ਇਹਨਾਂ ਪੀਸਾ ਫਲੋਰੈਂਸਾ ਬਲੋਨੀਆ ਨਾਪੋਲੀ ਨੂੰ ਜਿਹੜੇ ਟ੍ਰੇਨਾਂ ਸਿੱਧੀਆਂ ਡਾਇਰੈਕਟ ਜਾ ਰਹੀਆਂ ਇਹ ਇੱਥੇ ਇਹ ਦੱਸਿਆ ਗਿਆ ਵੀ ਜਿਹੜੀਆਂ ਟ੍ਰੇਨਾਂ 2.5 ਘੰਟੇ ਦੇ ਵਿੱਚ ਵਿੱਚ ਇਹਨਾਂ ਸਟੇਸ਼ਨਾਂ ਤੇ ਪਹੁੰਚਣਗੀਆਂ ਉੱਥੇ ਜੇਕਰ ਫਲਾਈਟਾਂ ਚੱਲਦੀਆਂ ਉਹ ਜਿਹੜੀਆਂ ਯੂਰਪੀਅਨ ਯੂਨੀਅਨ ਵੱਲੋਂ ਬੰਦ ਕੀਤੀਆਂ ਜਾ ਰਹੀਆਂ ਇਹ ਕਾਰਨ ਇਹ ਹੀ ਦੱਸਿਆ ਵੀ ਇਹ ਪ੍ਰਦੂਸ਼ਣ ਤੇ ਕਾਬੂ ਪਾਉਣ ਵਾਸਤੇ ਕਿਉਂਕਿ ਜਿਹੜਾ ਕਾਰਬਨ ਡਾਈਆਕਸਾਈਡ ਛੜਦਾ 에어로ਪਲੇਨ ਜਹਾਜ਼ ਛੜਦਿਆ ਮਤਲਬ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਤਾਂ ਵਾਸਤੇ ਕਾਰਬਨ ਡਾਈਆਕਸਾਈਡ ਛੜਦਿਆ ਉਹ ਜੇ ਬੰਦ ਕਰਨਗੇ 3.84% ਜਿਹੜਾ ਉਹ ਪ੍ਰਦੂਸ਼ਣ ਘਟ ਸਕਦਾ ਅੱਗੇ ਦੋਸਤੋ ਗੱਲ ਕਰਦੇ ਆਂ ਬਈ ਰੈਵਟੂ ਦੀ ਚਰਨਾਂਸ ਤੇ ਮਲੋਨੀ ਨੂੰ ਜੋਰਜਾ ਮਲੋਨੀ ਜਿਹੜੀ ਪ੍ਰਧਾਨ ਮੰਤਰੀ ਹੈ ਇਟਲੀ ਦੀ ਹੁਣ ਉਹਨੂੰ ਮਿਲ ਰਹੀਆਂ ਧਮਕੀਆਂ ਧਮਕੀ ਦਿੱਤੀ ਹੈ ਇੱਕ 27 ਸਾਲ ਦੇ ਬੇਰੋਜ਼ਗਾਰ ਵੱਲੋਂ ਧਮਕੀ ਮਿਲੀ ਹੈ ਇੱਥੇ ਤੁਹਾਨੂੰ ਇਹ ਦੱਸਦੇ ਆਂ ਵੀ ਇਹਨੇ ਧਮਕੀ ਦੇ ਵਿੱਚ ਕੀ ਲਿਖਿਆ ਇਹਨੇ ਧਮਕੀ ਦੇ ਵਿੱਚ ਤੁਸੀਂ ਸਾਹਮਣੇ ਸਕਰੀਨ ਤੇ ਵੇਖ ਵੀ ਰਹੇ ਆਂ ਇਹਨੇ ਜੋਰਜਾ ਮਲੋਨੀ ਦੇ ਫੇਸ ਸੋਸ਼ਲ ਮੀਡੀਆ ਦੇ ਟਵਿੱਟਰ ਅਕਾਊਂਟ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਵੀ ਵੀ ਜੇਕਰ ਤੁਸੀਂ ਇਹ ਬੰਦ ਕਰੋਗੇ ਰਾਈਟੋ ਦੀ ਚੀਤਾ ਦੇ ਨਾਮ ਦਾ ਤੇ ਮੈਂ ਤੈਨੂੰ ਤੇ ਤੇਰੀ ਮਾਂ ਤੇਰੀ ਧੀ ਨੂੰ ਮਤਲਬ ਦੋਹਾਂ ਨੂੰ ਚਾਕੂ ਲੈ ਕੇ ਆਉਂਗਾ ਇੱਕ ਚਾਕੂ ਨਾਲ ਦੋਹਾਂ ਦੇ ਢਿੱਡ ਤੇ ਵਾਰ ਕਰੂੰਗਾ ਤੇ ਦੋਹਾਂ ਨੂੰ ਮਾਰ ਦੂੰਗਾ ਤੇ ਇਹ ਇੱਕ 27 ਸਾਲ ਦਾ ਬੇਰੋਜ਼ਗਾਰ ਜਿਹੜਾ ਨੌਜਵਾਨ ਸੀਗਾ ਉਹਦੇ ਵੱਲੋਂ ਧਮਕੀ ਦਿੱਤੀ ਗਈ ਆ ਉਹਨੂੰ ਹੁਣ ਕਾਬੂ ਕਰ ਲਿਆ ਦੋਸਤੋ ਕਾਬੂ ਕੀਤਾ ਗਿਆ ਇਹ ਜਿਹੜਾ ਬੰਦਾ ਸੀਗਾ ਧਮਕੀ ਰਹਾ ਸੀ ਚੀਲੀਆ ਤੋਂ ਕਾਬੂ ਕੀਤਾ ਗਿਆ ਇਹਦਾ ਕੰਪਿਊਟਰ ਵਗੈਰਾ ਸਾਰਾ ਕੁਝ ਜਬਤ ਕਰ ਲਿਆ ਤੇ ਇਹਦੇ ਜਿਹੜੇ ਅਕਾਊਂਟ ਸੀਗੇ ਉਹ ਵੀ ਸਰਕਾਰ ਨੇ ਜਬਤ ਕਰ ਲਿਆ ਬਾਕੀ ਹੋਰ ਵੀ ਬਹੁਤ ਧਮਕੀਆਂ ਮਿਲ ਰੀਆਂ ਮਲੋਨੀ ਨੂੰ ਕਿਉਂਕਿ ਮਲੋਨੀ ਦੇ ਕਾਮੀ ਹੋਣਾ ਇਹੋ ਜੇ ਸ਼ੁਰੂ ਕਰਤੇ ਆ ਵੀ ਹੁਣ ਧਮਕੀਆਂ ਮਿਲ ਗਈਆਂ ਅੱਗੇ ਦੋਸਤੋ ਗੱਲ ਕਰਦੇ ਆ ਜਿਹੜਾ ਇਕਨੋਮਿਕ ਮਿਨਿਸਟਰ ਆ ਜਾਣਕਾਰ ਲੋ ਜੁਰਿਟੀ ਉਹਦੇ ਵੱਲੋਂ ਗੁੱਡ ਨਿਊਜ਼ ਦਿੱਤੀ ਗਈ ਹੈ ਗੁੱਡ ਨਿਊਜ਼ ਜਿਹੜੇ ਬੋਨਸ ਲੂਚੇ ਤੇ ਗੈਸ ਤੇ ਆਰਐਸ ਇਹ ਸਰਕਾਰੋਂ ਦੀ ਗੁੱਡ ਨਿਊਜ਼ ਵੀ ਜਿਹੜਾ ਇਹ ਪਹਿਲਾਂ ਪਹਿਲੀ ਤਮਾਈ ਮਤਲਬ ਮੰਨ ਲਓ ਪਹਿਲੀ ਤਮਾਈ ਹੁੰਦੀ ਹੈ ਜਨਵਰੀ ਤੋਂ ਲੈ ਕੇ ਮਾਰਚ ਤੱਕ ਇਹਨਾਂ ਨੇ ਪਹਿਲਾਂ ਇਹ ਲਾਗੂ ਕੀਤਾ ਸੀ ਵੀ ਮਿਲਣਗੇ ਤੇ ਹੁਣ ਜਿਹੜਾ ਇਹ ਜਨਕਾਰ ਲੋ ਇੱਕ ਕੌਣਵੇਂ ਕ ਮੰਤਰੀ ਹੋਣੇ ਐ ਬਿਆਨ ਦਿੱਤਾ ਵੀ ਇਹ ਜਿਹੜਾ ਬੋਨਸ ਆ ਇਹ ਹੁਣ ਪਹਿਲੀ ਤਮਾਈ ਤੋਂ ਬਾਅਦ ਵੀ ਚੱਲੂਗਾ ਮਤਲਬ ਪੂਰੇ 2023 ਦੇ ਵਿੱਚ ਇਹ ਚੱਲੂਗਾ ਅਗੇ ਕੋ 200 ਫਿਰ ਦੱਸਦੇ ਆ ਆ ਜਾਂਦੇ ਆ ਆਪਾਂ ਵੀ ਇਮੀਗ੍ਰੇਸ਼ਨ ਤੇ ਇੰਗਰੇਜ਼ਾਂ ਦੇ ਬੀਸ ਤੋਂ ਦੱਸੇ ਹੀ ਮੈਂ ਵੀ ਜਿਹੜੀ ਸਰਕਾਰ ਹੁਣ ਜਿਹੜੇ ਵੀ ਮੇਰੇ ਵੀ ਇਟਲੀ ਆਉਣ ਦੇ ਚਾਹਵਾਨ ਹਨ ਉਹ ਹੁਣ ਮੇਰੇ ਹਿਸਾਬ ਨਾਲ ਤੇ ਮੇਰੇ ਹਿਸਾਬ ਨਾਲ ਮੈਂ ਕਹਿੰਦਾ ਵੀ ਕੋਈ ਸਰਕਾਰੀ ਨਹੀਂ ਆਪਾਂ ਕਹਿ ਸਕਦੇ ਵੀ ਤੁਸੀਂ ਆਪਣਾ ਆਈ ਲੈਟਸ ਕਰਨਾ ਸ਼ੁਰੂ ਕਰ ਦਿਓ ਇਟਾਲੀਅਨ ਭਾਸ਼ਾ ਦੇ ਵਿੱਚ ਕਿਉਂਕਿ ਜਿਹੜੀ ਸਰਕਾਰ ਵੱਲੋਂ ਜਿਹੜੀ ਬਿਆਨਬਾਜ਼ੀ ਡੇਲੀ ਚੇਂਜ ਹੋ ਰਹੀ ਹੈ ਵੀ ਉਹਦੇ ਚ ਇਹ ਕਹਿ ਰਹੇ ਆ ਵੀ ਅਸੀਂ ਇੱਕ ਬੰਦੇ ਜਾਂ ਤਾਂ ਪੜ੍ਹੇ ਲਿਖੇ ਬੰਦੇ ਲਾਵਾਂਗੇ ਪੜ੍ਹੇ ਲਿਖੇ ਦਾ ਮਤਲਬ ਤਾਂ ਇਹੀ ਹੈ ਉਬੀ ਇਟਾਲੀਅਨ ਭਾਸ਼ਾ ਆਉਂਦੀ ਹੋਵੇ ਨਾ ਇਟਾਲੀਅਨ ਭਾਸ਼ਾ ਤਾਂ ਹੀ ਆਉਂਦੀ ਹੋਊਗੀ ਜੇ ਆਪਾਂ ਕਹਿੰਦੇ ਜਿਵੇਂ ਆਈਲੈਂਡਸ ਕਰ ਲਗੇ ਜਿਵੇਂ ਕ੍ਰੈਡ ਵਾਲੇ ਮੰਗਦੇ ਆ ਵੀ ਅੰਗਰੇਜ਼ੀ ਆਉਂਦੀ ਹੋਵੇ ਉਦਾਂ ਹੀ ਇਟਾਲੀਅਨ ਆਉਂਦੀ ਹੋਵੇ ਤੇ ਉਹ ਵੀ ਕਹੇ ਦੇ ਵਾਸਤੇ ਦੀ ਗੱਲ ਨਹੀਂ ਕਿ ਇਟਾਲੀਅਨ ਤਾਂ ਇੱਥੇ ਮੇਰੇ ਅੱਗੇ ਇਹਨੂੰ 10-10 ਸਾਲ ਹੋ ਗਏ ਤਾਂ ਨਹੀਂ ਆਉਣ ਲੱਗੀ ਅਜੇ ਤੱਕ ਤੇ ਬਾਕੀ ਐਜੂਕੇਟਿਡ ਬੰਦੇ ਚਾਹੀਦੇ ਆ ਤੇ ਇੱਕ ਪ੍ਰੋਫੈਸ਼ਨਲ ਬੰਦੇ ਹੁਣ ਕਹਿੰਦੇ ਆ ਵੀ ਇਹ ਇਟਲੀ ਦੇ ਵਿੱਚ ਸਾਨੂੰ ਚਾਹੀਦੇ ਆ ਜਿੰਨਾ ਆਸੇ ਤਾਂ ਵੀ ਐਸਸੀ ਪਲਸ ਸੀ ਖੋਲਣੀ ਆ ਤੇ ਬੋਲੀ ਤੇ ਕੰਮ ਅੰਬਾਸਡਰ ਇਹਨਾਂ ਦੋ ਚੀਜ਼ਾਂ ਤੇ ਸਰਕਾਰ ਨੇ ਰੱਟਾ ਹਜੇ ਤੱਕ ਬੰਨਿਆ ਹੋਇਆ ਬਾਅਦ ਜੱਸਾ ਹੁਣ ਰੱਟਾ ਬੰਨਿਆ ਬਿਆਨ ਬਾਜੀ ਆ ਰਹੀਏ ਦੋਸਤੋ ਇਸ ਹਸਾਵਾਂ ਜਿਹੜੀ ਡੀਪੀਸੀਐਮ ਨਵਾਂ ਨਿਕਲੂਗਾ ਉਸ ਹਸਾਵਾਂ ਨਾਲ ਹੀ ਨਿਕਲੂਗਾ ਤੇ ਵੇਖਦੇ ਆਂ ਹੁਣ ਆ ਜਿਹਨਾਂ ਦੇ ਵਿੱਚ ਬਈ ਜਿੰਸਾ ਤੱਕ ਅੰਦਾਜ਼ੇ ਲਗਾ ਸਕਦੇ ਆਪਾਂ ਬਈ ਜਿਹੜੀ ਨਵੀਂ ਇਟਾਲੀਅਨ ਸਰਕਾਰ ਆ ਜਿਹੜੀ ਨਵੀਂ ਬਣੀ ਐ ਇਹਨੇ ਹੁਣ ਆਈਲੈਟਸ ਵਾਲੇ ਬੰਦੇ ਮੰਗਣੇ ਆ ਉਹ ਇਟਾਲੀਅਨ ਭਾਸ਼ਾ ਦੇ ਵਿੱਚ ਜਿਹੜਾ ਆਈਲੈਟਸ ਕੀਤਾ ਹੋਇਆ ਤੋ ਦੋਸਤੋ ਹਾਈਲੈਟਸ ਦਾ ਮਤਲਬ ਆਪਾਂ ਇਹ ਕਹਿ ਸਕਦੇ ਆਂ ਭੇਜ ਨੂੰ ਬੋਲੀ ਆਉਂਦੀ ਹੋਵੇ ਜਾਂ ਕੰਮਕਾਰ ਆਉਂਦਾ ਹੋਵੇ ਠੀਕ ਆ ਕਿਉਂਕਿ ਹਾਈਲੈਟਸ ਆ ਵਾਸਤੇਕ ਨੂੰ ਇਥੇ ਸਟੱਡੀ ਬੇਸ ਤੇ ਨਹੀਂ ਆਉਣਾ ਵੀ ਜਿਵੇਂ ਸਰਕਾਰ ਦੀ ਮੰਗ ਹੋ ਰਹੀ ਆ ਉਹਸਾ ਹੋਣਾ ਆਪਾਂ ਦੱਸ ਰਹੇ ਆ ਤੁਹਾਨੂੰ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਦੇ ਆਂ ਵੀ ਕਿਹੜਾ ਸਰਕਾਰ ਨਮਾਸਾਪ ਦੇcret ਤੋਂ ਪਲੱਸ 3 ਤੇ ਲੈ ਕੇ ਆਉਂਦੀ ਆ ਇਹਨਾਂ ਦਿਨਾਂ ਦੇ ਵਿੱਚ ਉਹ ਤੁਹਾਡਿਆਂ ਆਪਾਂ ਜਰੂਰ ਸਾਂਝਾ ਕਰਾਂਗੇ ਤੋ ਦੋਸਤੋ ਇਹੀ ਸੀ ਨਵੀਂਤਾ ਜੀ ਅਪਡੇਟ ਮਿਲਦੇ ਆ ਕੱਲ ਨੂੰ ਕੱਲ ਦੀ ਅਪਡੇਟ ਲਾ ਕੇ ਤਦ ਤੱਕ ਦੇ ਹੋ ਗਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ